ਇੱਕ ਸ਼ਹਿਰ 'ਚ ਇੱਕ ਪੇਂਟਰ ਸੀ ਜਿਸ ਦੀ ਬਣਾਈ ਪੇਂਟਿੰਗ ਨੂੰ ਲੋਕ ਖੜ ਖੜ ਵੇਖਦੇ ਸੀ ਅਤੇ ਉਸਦੀ ਪੇਂਟਿੰਗ ਲੱਗੇ ਹੱਥ ਵਿਕ ਜਾਂਦੀ ਸੀ ਅਤੇ ਉਹ ਵੀ ਆਪਦੀ ਇਸ ਸਕਿੱਲ ਨੂੰ ਇੰਪਰੂਵ ਕਰਨ 'ਚ ਲੱਗਿਆ ਰਹਿੰਦਾ ਸੀ ਅਤੇ ਇਸੇ ਚੱਕਰ 'ਚ ਕਦੇ ਉਹ ਪਹਾੜ ਦੇ ਟੋਪ 'ਤੇ ਜਾ ਕੇ ਪੇਂਟਿੰਗ ਬਣਾਉਣ ਲੱਗ ਪੈਂਦਾ, ਕਦੇ ਉਹ ਪੂਰੀ ਤੇਜ਼ ਧੁੱਪ 'ਚ ਜਾ ਕੇ ਖੜ ਜਾਂਦਾ, ਕਦੇ ਉਹ ਹਨੇਰੇ 'ਚ ਪੇਂਟਿੰਗ ਬਣਾਉਣ ਲੱਗ ਪੈਂਦਾ। ਅਤੇ ਫਿਰ ਇੱਕ ਦਿਨ ਉਹਨੇ ਇੱਕ ਇਹੋ ਜਿਹੀ ਪੇਂਟਿੰਗ ਬਣਾਈ ਜਿਸ ਨੂੰ ਵੇਖ ਕੇ ਉਹ ਆਪ ਕਹਿੰਦਾ ਕਿ ਯਾਰ ਬਸ ਇਹ ਐਂਡ ਹੈ, ਇਹ ਮੇਰੀ ਹੁਣ ਤੱਕ ਦੀ ਬਣਾਈ ਗਈ ਸਭ ਤੋਂ ਸੋਹਣੀ ਪੇਂਟਿੰਗ ਵਿੱਚੋਂ ਇੱਕ ਹੈ। ਉਹਨੂੰ ਆਪਦੀ ਹਰ ਇੱਕ ਪੇਂਟਿੰਗ ਵਿੱਚੋਂ ਕੋਈ ਨਾ ਕੋਈ ਕਮੀ ਨਜ਼ਰ ਆਉਂਦੀ ਸੀ, ਇਸ ਪੇਂਟਿੰਗ ਵਿੱਚ ਉਸਨੂੰ ਇੱਕ ਵੀ ਕਮੀ ਨਜ਼ਰ ਨਹੀਂ ਆ ਰਹੀ ਸੀ। ਤਾਂ ਇਸੇ ਗੱਲ ਨੂੰ ਪ੍ਰੂਵ ਕਰਨ ਵਾਸਤੇ ਉਹ ਇਸ ਪੇਂਟਿੰਗ ਨੂੰ ਇੱਕ ਭੀੜ ਬਾਜ਼ਾਰ ਵਿੱਚ ਰੱਖ ਦਿੰਦਾ ਜਿੱਥੇ ਬਹੁਤ ਹੀ ਆਵਾਜਾਈ ਹੁੰਦੀ ਆ, ਕਿਉਂਕਿ ਉਸਨੂੰ ਆਪਦੇ ਆਪ 'ਤੇ ਬਹੁਤ ਹੀ ਜ਼ਿਆਦਾ ਕੌਨਫੀਡੈਂਸ ਹੁੰਦਾ ਅਤੇ ਉਹ ਪੇਂਟਿੰਗ ਦੇ ਨਾਲ ਇੱਕ ਨੋਟ ਲਿਖ ਕੇ ਲਾ ਆਉਂਦਾ ਵੀ ਜੇਕਰ ਤੁਹਾਨੂੰ ਇਸ ਪੇਂਟਿੰਗ 'ਚ ਕੋਈ ਵੀ ਕਮੀ ਨਜ਼ਰ ਆਉਂਦੀ ਆ ਤਾਂ ਕਿਰਪਾ ਕਰਕੇ ਉਸ 'ਤੇ ਟਿੱਕ ਲਾ ਦਿਓ। ਤਾਂ ਖੁਸ਼ੀ ਖੁਸ਼ੀ ਉਹ ਉੱਥੋਂ ਚਲਾ ਜਾਂਦਾ ਅਤੇ ਜਦੋਂ ਉਹ ਸ਼ਾਮ ਨੂੰ ਉੱਥੇ ਆ ਕੇ ਦੇਖਦਾ ਤਾਂ ਉਹ ਉਸਨੂੰ ਵੇਖ ਕੇ ਬਹੁਤ ਹੀ ਜ਼ਿਆਦਾ ਉਦਾਸ ਹੁੰਦਾ, ਪੂਰੀ ਪੇਂਟਿੰਗ ਟਿੱਕ ਮਾਰਕਸ ਨਾਲ ਭਰੀ ਹੁੰਦੀ ਆ। ਤਾਂ ਉਹ ਇਸ ਘਟਨਾ ਨੂੰ ਵੇਖ ਕੇ ਇੰਨਾ ਉਦਾਸ ਹੁੰਦਾ ਕਿ ਉਹ ਆਪਦੇ ਇੱਕ ਦੋਸਤ ਕੋਲ ਜਾਂਦਾ ਅਤੇ ਉਹਨੂੰ ਇਹ ਸਾਰੀ ਘਟਨਾ ਦੱਸਦਾ। ਉਸਦਾ ਦੋਸਤ ਉਹਨੂੰ ਕਹਿੰਦਾ ਕਿ ਤੂੰ ਫਿਰ ਇੱਕ ਇਹੋ ਜਿਹੀ ਪੇਂਟਿੰਗ ਬਣਾ ਤਾਂ ਫਿਰ ਉਸੇ ਚੁਰਸਤੇ 'ਚ ਰੱਖ ਅਤੇ ਇਸ ਵਾਰ ਉਸ 'ਤੇ ਐਂ ਲਿਖੀ ਵੀ ਜੇਕਰ ਤੁਹਾਨੂੰ ਕੋਈ ਵੀ ਇਸ ਪੇਂਟਿੰਗ 'ਚ ਕਮੀ ਨਜ਼ਰ ਆਉਂਦੀ ਆ ਤਾਂ ਕਿਰਪਾ ਕਰਕੇ ਉਸਨੂੰ ਸਹੀ ਕਰ ਦਿਓ। ਤਾਂ ਉਹ ਕਹਿੰਦਾ ਯਾਰ ਕੋਈ ਗੱਲ ਨਹੀਂ, ਇਹ ਵੀ ਕਰਕੇ ਦੇਖ ਲੈਂਦੇ ਹਾਂ। ਤਾਂ ਉਸਨੇ ਫਿਰ ਸੇਮ ਉਸੇ ਤਰ੍ਹਾਂ ਦੀ ਪੇਂਟਿੰਗ ਬਣਾਈ ਅਤੇ ਉਸੇ ਚੁਰਸਤੇ 'ਚ ਰੱਖ ਦਿੱਤਾ ਤਾਂ ਲਿਖ ਕੇ ਲਾਤਾ ਉੱਥੇ ਵੀ ਜੇਕਰ ਤੁਹਾਨੂੰ ਉਸ ਪੇਂਟਿੰਗ 'ਚੋਂ ਕੋਈ ਵੀ ਕਮੀ ਨਜ਼ਰ ਆਉਂਦੀ ਆ ਤਾਂ ਕਿਰਪਾ ਕਰਕੇ ਉਸਨੂੰ ਸਹੀ ਕਰ ਦਿਓ। ਉਸ ਤੋਂ ਬਾਅਦ ਜਦੋਂ ਉਹ ਸ਼ਾਮ ਨੂੰ ਆ ਕੇ ਉਸ ਪੇਂਟਿੰਗ ਨੂੰ ਵੇਖਦਾ ਤਾਂ ਉਹ ਵੇਖ ਕੇ ਬੜਾ ਹੈਰਾਨ ਹੋ ਜਾਂਦਾ। ਉਸ ਪੇਂਟਿੰਗ 'ਤੇ ਇੱਕ ਵੀ ਨਿਸ਼ਾਨੀ ਜਾਂ ਕੋਈ ਟਿੱਕ ਮਾਰਕ ਹੈ ਨਹੀਂ ਸੀ। ਤਾਂ ਜੋ ਗੱਲ ਉਸ ਪੇਂਟਰ ਨੇ ਉਸ ਵੇਲੇ ਸਿੱਖੀ ਸੀ ਅਤੇ ਤੁਹਾਨੂੰ ਵੀ ਇਸ ਵੇਲੇ ਸਿੱਖ ਲੈਣੀ ਚਾਹੀਦੀ ਆ ਕਿ ਕਮੀਆਂ ਕੱਢਣ ਵਾਲੇ ਤਾਂ ਆਪਾਂ ਨੂੰ ਬਹੁਤ ਮਿਲ ਜਾਂਦੇ ਆ ਪਰ ਗਲਤੀਆਂ ਨੂੰ ਸਹੀ ਕਰਨ ਵਾਲੇ ਬਹੁਤ ਹੀ ਘੱਟ। ਲੋਕੀ ਕੀ ਕਰਦੇ ਆ ਵੀ ਯਾਰ ਇਹ ਸਬਜ਼ੀ ਕਿਹੋ ਜਿਹੀ ਬਣਾਈ ਆ, ਟੀਵੀ ਮੂਹਰੇ ਬੈਠ ਜਾਣਗੇ, ਉਹ ਇਹਨੂੰ ਐਕਟਿੰਗ ਨਹੀਂ ਕਰਨੀ ਆਉਂਦੀ, ਇਹਨੂੰ ਖੇਡਣਾ ਨਹੀਂ ਆਉਂਦਾ। ਤਾਂ ਉਸ ਬੰਦੇ ਕੋਲ ਜਾਓ ਅਤੇ ਉਸਨੂੰ ਇਹ ਪੁੱਛੋ ਵੀ ਬਾਈ ਤੂੰ ਦੱਸ ਕਿਵੇਂ ਐਕਟਿੰਗ ਕਰਦੇ ਆ ਜਾਂ ਤੂੰ ਦੱਸ ਦੇ ਵੀ ਕਿਵੇਂ ਖੇਡੀਦਾ। ਤਾਂ ਉਸ ਤੋਂ ਸਹੀ ਜਵਾਬ ਤਾਂ ਛੱਡੋ, ਉਸ ਕੋਲ ਕੋਈ ਆਂਸਰ ਹੀ ਨਹੀਂ ਹੋਣਾ। ਅਤੇ ਆਪਣੇ ਨਾਲ ਵੀ ਐਂ ਹੁੰਦਾ, ਲੋਕੀ ਆਪਣੇ 'ਚ ਗਲਤੀਆਂ ਕੱਢੀ ਜਾਣਗੇ ਅਤੇ ਆਪਾਂ ਆਪਦਾ ਸੈਲਫ ਕੌਨਫੀਡੈਂਸ ਲੋਅ ਕਰਦੇ ਜਾਂਦੇ ਹਾਂ ਅਤੇ ਆਪਦੇ ਆਪ 'ਤੇ ਸ਼ੱਕ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇੱਕ ਡਰਪੋਕਲ ਇਨਸਾਨ ਜਿਹੜਾ ਕਿ ਕੁਛ ਜ਼ਿੰਦਗੀ 'ਚ ਕਰ ਨਹੀਂ ਸਕਦਾ ਉਹ ਬਣ ਕੇ ਰਹਿ ਜਾਂਦੇ ਹਾਂ, ਇੱਕ ਅਨਸਕਸੈਸਫੁਲ ਪਰਸਨ ਬਣ ਕੇ ਰਹਿ ਜਾਂਦੇ ਹਾਂ। ਲੋਕਾਂ ਤੋਂ ਰਹਿ ਤਾਂ ਜ਼ਰੂਰ ਲਵੋ ਆਪਦੇ ਆਪ ਨੂੰ ਇੰਪਰੂਵ ਕਰਨ ਵਾਸਤੇ, ਪਰ ਲੋਕਾਂ ਨੂੰ ਇੰਨਾ ਵੀ ਮੌਕਾ ਨਾ ਦਿਓ ਵੀ ਹਰ ਵੇਲੇ ਉਹ ਤੁਹਾਡੇ 'ਚ ਕਮੀਆਂ ਹੀ ਕੱਢਦੇ ਰਹਿਣ। ਅਤੇ ਜਿਹੜੇ ਵੀ ਹੈ ਤੁਹਾਡੇ 'ਚ ਹਮੇਸ਼ਾ ਕਮੀਆਂ ਹੀ ਕੱਢਦੇ ਰਹਿੰਦੇ ਆ ਤਾਂ ਉਸ ਤੋਂ ਥੋੜ੍ਹਾ ਜਿਹਾ ਦੂਰ ਰਹਿਣਾ ਸ਼ੁਰੂ ਕਰ ਦਿਓ। ਆਪਦੇ ਆਪ 'ਚ ਹਮੇਸ਼ਾ ਵਿਸ਼ਵਾਸ ਰੱਖਿਆ ਕਰੋ, ਲੋਕੀ ਭਾਵਾਂ ਕੁਛ ਮਰਜ਼ੀ ਤੁਹਾਨੂੰ ਕਹੀ ਜਾਣ, ਉਹਨਾਂ ਦੀ ਹਰੇਕ ਗੱਲ ਮੰਨਣੀ ਜ਼ਰੂਰੀ ਨਹੀਂ ਹੁੰਦੀ। ਪਰ ਜੇਕਰ ਤੁਸੀਂ ਵੀ ਇੱਕ ਸਕਸੈਸਫੁਲ ਪਰਸਨ ਬਣਨਾ ਚਾਹੁੰਦੇ ਹੋ ਤਾਂ ਹਰ ਦੂਜੇ ਪਰਸਨ ਵਿੱਚ ਔਗਣ ਲੱਭਣ ਦੀ ਬਜਾਏ ਗੁਣ ਲੱਭਣ ਦੀ ਕੋਸ਼ਿਸ਼ ਕਰਿਆ ਕਰੋ। ਅਤੇ ਜੇਕਰ ਤੁਹਾਡੇ ਵਿੱਚ ਕੋਈ ਔਗਣ ਲੱਭਦਾ ਤਾਂ ਉਸਨੂੰ ਦੇਖਿਆ ਕਰੋ ਵੀ ਇਹ ਰਿਅਲਿਸਟਿਕ ਔਗਣ ਹੈ ਵੀ ਜਿਸ ਨੂੰ ਮੈਂ ਚੇਂਜ ਕਰ ਸਕਦਾ ਉਹ ਹੈ। ਫੋਰ ਐਗਜ਼ਾਮਪਲ, ਮੈਂ ਮੋਟਾ, ਲੋਕੀ ਮੈਨੂੰ ਆਖਣ ਯਾਰ ਤੂੰ ਮੋਟਾ ਬਹੁਤ ਦਿਸ ਰਿਹਾ, ਤਾਂ ਇਸ ਨੂੰ ਮੈਂ ਚੇਂਜ ਕਰ ਸਕਦਾ ਵੀ ਹਾਂ ਮੈਂ ਮੋਟਾ ਬਹੁਤ ਦਿਸ ਰਿਹਾ, ਮੈਂ ਮੋਟਾ ਹੈਗਾ, ਤਾਂ ਇਸ ਨੂੰ ਮੰਨਣ ਵਾਲੀ ਗੱਲ ਹੈ। ਪਰ ਜੇਕਰ ਲੋਕੀ ਐਵੇਂ ਤੁਹਾਨੂੰ ਆ ਕੇ ਆਖੀ ਜਾਣ ਤੂੰ ਸੋਹਣਾ ਨਹੀਂ ਲੱਗ ਰਿਹਾ, ਤੇਰੀ ਪਰਸਨੈਲਿਟੀ ਐਡੀ ਹੈ ਨਹੀਂ, ਜੇਕਰ ਆਪਾਂ ਇੱਕ ਮੋਨੇ ਪਰਸਨ ਨਾਲ ਰਹਿੰਦੇ ਹਾਂ ਤਾਂ ਕਹਿਣਗੇ ਵੀ ਯਾਰ ਤੂੰ ਕੇਸ ਕਟਾ ਦੇ, ਤੂੰ ਕੇਸ ਜਦੋਂ ਕਟਾਏਗਾ ਬਹੁਤ ਸੋਹਣਾ ਲੱਗੇਗਾ, ਮੈਂ ਤਾਂ ਬਹੁਤ ਫੇਸ ਕੀਤਾ, ਤੁਹਾਡਾ ਤਾਂ ਪਤਾ ਨਹੀਂ। ਤਾਂ ਛੱਡੋ ਇਹ ਸਭ ਕੁਝ, ਤਾਂ ਲੋਕਾਂ ਦੀ ਹਰ ਗੱਲ ਮੰਨਣੀ ਜ਼ਰੂਰੀ ਨਹੀਂ ਹੁੰਦੀ। ਤਾਂ ਬਸ ਅੱਜ ਦੀ ਵੀਡੀਓ 'ਚ ਇੰਨਾ ਹੀ, ਆਈ ਹੋਪ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ, ਜੇ ਚੰਗੀ ਲੱਗੀ ਤਾਂ ਤੁਹਾਨੂੰ ਪਤਾ ਕੀ ਕਰਨਾ, ਜੇ ਚੰਗੀ ਨਹੀਂ ਲੱਗੀ ਤਾਂ ਉਹ ਵੀ ਪਤਾ ਤੁਹਾਨੂੰ ਕੀ ਕਰਨਾ। ਤਾਂ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ ਅਤੇ ਮਿਲਦੇ ਹਾਂ ਅਗਲੀ ਵੀਡੀਓ 'ਚ।